ਫਾਜ਼ਿਲਕਾ ਦੇ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਅੱਜ ਦੂਸਰੇ ਦਿਨ ਵੀ ਆਪਣਾ ਰੋਸ ਜਤਾਇਆ ਗਿਆ। ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ ਗਿਆ। ਫਾਜ਼ਿਲਕਾ ਦੀ ਨਗਰ ਕੌਂਸਲ ਦੇ ਬਾਹਰ ਇਹ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਦੋ ਦਿਨਾਂ ਤੋਂ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਦੇ ਸਮਰਥਨ ਦੇ ਵਿੱਚ ਹੜਤਾਲ ਕਰ ਰਹੇ ਹਨ ਅਤੇ ਰੋਸ ਜਤਾ ਰਹੇ ਹਨ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਸਰਕਾਰ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ ਹੈ, ਜਿਸ ਦੇ ਚੱਲਦੇ ਇਹਨਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਇਹ ਰੋਸ ਪ੍ਰਦਰਸ਼ਨ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਫਤਿਹ ਚੰਦ ਬਹੁਤ ਦੀ ਅਗਵਾਈ ਦੇ ਵਿੱਚ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸਫਾਈ ਕਰਮਚਾਰੀ ਮੌਜੂਦ ਸਨ। ਅੱਜ ਸਫਾਈ ਸੇਵਕ ਪੰਜਾਬ ਵੱਲੋਂ ਦੂਜਾ ਦਿਨ ਮਨਪ੍ਰੀਤ ਬਾਦਲ ਜੋ ਕਿ ਖਜ਼ਾਨਾ ਮੰਤਰੀ ਹਨ, ਉਹਨਾਂ ਦਾ ਪੁਤਲਾ ਫੂਕਿਆ ਗਿਆ ਹੈ ਅਤੇ ਪੂਰੇ ਪੰਜਾਬ 'ਚ ਫੂਕਿਆ ਗਿਆ ਹੈ। ਅਤੇ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਖਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ ਹੈ ਅਤੇ ਕੱਲ੍ਹ ਨੂੰ ਕੈਪਟਨ ਦਾ ਪੁਤਲਾ ਫੂਕਣਾ ਹੈ ਅਤੇ ਉਸ ਤੋਂ ਬਾਅਦ ਜੇਕਰ ਫਿਰ ਵੀ ਸਾਡੀ ਸਫਾਈ ਸੇਵਕਾਂ ਦੀ ਨਾ ਸੁਣਿਆਈ ਹੋਈ ਅਤੇ ਫਿਰ ਅਸੀਂ ਸੜਕਾਂ 'ਤੇ ਆ ਜਾਵਾਂਗੇ ਅਤੇ ਪੂਰਨ ਹੜਤਾਲ ਕਰ ਦਿਆਂਗੇ। ਅਤੇ ਅੱਗੇ ਬਿਮਾਰੀ ਦਾ ਮਾਹੌਲ ਹੈ, ਕਰੋਨਾ ਮਹਾਂਮਾਰੀ ਚੱਲੀ ਹੋਈ ਹੈ, ਅਸੀਂ ਫਿਰ ਵੀ ਸਰਕਾਰ ਦੀ ਇੱਜ਼ਤ ਰੱਖ ਰਹੇ ਹਾਂ, ਦੁਪਹਿਰ ਤੋਂ ਬਾਅਦ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ, ਅਸੀਂ ਸਰਕਾਰ ਦਾ ਸਾਥ ਦੇ ਰਹੇ ਹਾਂ ਅਤੇ ਸਰਕਾਰ ਨੂੰ ਨਾਲ ਲੈ ਕੇ ਚੱਲ ਰਹੇ ਹਾਂ। ਸਰਕਾਰ ਨੂੰ ਚਾਹੀਦਾ ਸਾਨੂੰ ਨਾਲ ਲੈ ਕੇ ਚੱਲਣ ਅਤੇ ਸਾਡਾ ਨਿਪਟਾਰਾ ਜਲਦੀ ਕਰਨ, ਜਲਦੀ ਤੋਂ ਜਲਦੀ ਸਾਡੀ ਮੀਟਿੰਗ ਬੁਲਾਈ ਜਾਵੇ ਅਤੇ ਜਲਦੀ ਤੋਂ ਜਲਦੀ ਹੀ ਠੇਕੇਦਾਰੀ ਸਿਸਟਮ ਬੰਦ ਕੀਤੀ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਕੀਤੀ ਦਿੱਤੀ ਜਾਵੇ ਅਤੇ ਜਿਹੜੇ ਮਹਿੰਗਾਈ ਭੱਤੇ ਹਨ ਉਹ ਜਲਦ ਤੋਂ ਜਲਦ ਰਿਲੀਜ਼ ਕੀਤੇ ਜਾਣ ਅਤੇ ਵੇਟ ਦੀ ਤਨਖਾਹ ਜਿਹੜੀ ਹੈ, ਵੇਟ ਦੀ ਰਾਸ਼ੀ ਹੈ ਜਿਹੜੀ ਦੁੱਗਣੀ ਦਿੱਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਕੀਤੀ ਜਾਵੇ। ਬੜੀ ਚਿਰ ਤੋਂ ਮੰਗਾਂ ਚੱਲਦੀਆਂ ਆ ਰਹੀਆਂ ਹਨ, ਮੈਂ ਬੇਨਤੀ ਕਰਦਾ ਪੰਜਾਬ ਠੇਕੇਦਾਰ ਪੰਜਾਬ 'ਚ ਪੂਰੇ 'ਚ ਠੇਕੇਦਾਰੀ ਸਿਸਟਮ ਬੰਦ ਕਰਕੇ ਨਹੀਂ ਭਰਤੀ ਚਾਲੂ ਕੀਤੀ ਜਾਵੇ।